ਤਰੰਤਰੰ ਦੇ ਵਿੱਚ ਪਿਤਾ ਦੇ ਵੱਲੋਂ ਹੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਪੁਲਿਸ ਅਧਿਕਾਰੀਆਂ ਨੂੰ ਕਿ ਉਸ ਦੇ ਪੁੱਤ ਨੂੰ ਅਗਵਾ ਕਰ ਲਿਆ ਗਿਆ ਪਰ ਹੁਣ ਇਸ ਮਾਮਲੇ ਦੇ ਵਿੱਚ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਖੁਲਾਸਾ ਹੋਇਆ ਹੈ ਦਰਅਸਲ ਜਿਸ ਮਾਸੂਮ ਬੱਚੇ ਦੀ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਮਹेश 3 ਸਾਲ ਦਾ ਹੈ ਇਸ ਨੂੰ ਅੱਜ ਅਗਵਾ ਕੀਤਾ ਗਿਆ ਸੀ ਪਰ ਹੁਣ ਪੁਲਿਸ ਦੇ ਵੱਲੋਂ ਇਹ ਗੁੱਥਲੀ ਸੁਲਝਾਉਂਦੇ ਹੋਏ ਦੱਸਿਆ ਜਾਂਦਾ ਹੈ ਕੇਸ ਦੇ ਪਿਓ ਦੇ ਵੱਲੋਂ ਹੀ ਇਸ ਨੂੰ ਅਗਵਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਸ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਭਾਵ ਇਸ ਦਾ ਕਤਲ ਕੀਤਾ ਜਾਂਦਾ ਹੈ ਮਹਿਸ 3 ਸਾਲ ਇਸ ਦੀ ਉਮਰ ਹੈ ਇਸ ਦਾ ਨਾਮ ਗੁਰਸੇਵਕ ਸਿੰਘ ਹੈ ਅੱਜ ਪੰਜਾਬ ਦੇ ਵਿੱਚ ਤਰਨਤਾਰਨ ਤੋਂ 3 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਤੇ ਅਗਵਾ ਦੇ ਸਮੇਂ ਬੱਚਾ ਆਪਣੇ ਪਿਤਾ ਦੇ ਨਾਲ ਹੀ ਹੁੰਦਾ ਤਾਂ ਇਹ ਪੂਰਾ ਪਲਾਨ ਰਚਿਆ ਜਾਂਦਾ ਹੈ ਏਸੇ ਦੇ ਪਿਓ ਦੇ ਵੱਲੋਂ ਇਹ ਘਟਨਾ ਜਿਹੜੀ ਹੈ ਤਰਨਤਾਰਨ ਦੇ ਪਿੰਡ ਟੂਟੀਆਂ ਦੇ ਵਿੱਚ ਵਰਤਦੀ ਕਰੀਬਨ ਸਵੇਰੇ 7:30 ਵਜੇ ਵਾਪਰਦੀ ਹੈ ਪੁਲਿਸ ਦੇ ਵੱਲੋਂ ਖੁਦ ਪਿਤਾ ਜਿਹੜਾ ਪਤਾ ਤੱਕ ਰੁਕ ਕੀਤਾ ਜਾਂਦਾ ਉਸ ਨੂੰ ਹੁਣ ਲੱਭ ਲਿਆ ਗਿਆ ਤੇ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਗਈ ਹੈ ਸੀਸੀਟੀਵੀ ਦੇ ਆਧਾਰ ਤੇ ਹੀ ਇਸ ਬੱਚੇ ਦੀ ਭਾਲ ਕੀਤੀ ਜਾਂਦੀ ਹੈ ਤਾਂ ਪਲਾਨ ਵੇਖੋ ਤੁਸੀਂ ਕਿੰਨ ਜਿਸਤੇ ਤਾਰ-ਤਾਰ ਹੁੰਦੇ ਅੱਜ ਕੱਲ ਨਜ਼ਰ ਆ ਰਹੇ ਹੈ ਕਿ ਇੱਕ ਪਿਤਾ ਦੇ ਵੱਲੋਂ ਹੀ ਆਪਣੇ ਪੁੱਤ ਨੂੰ ਕਿਡਨੈਪ ਕਰਵਾਇਆ ਜਾਂਦਾ ਹੈ ਇੱਕ ਪੂਰੀ ਸਾਜ਼ਿਸ਼ ਰਚੀ ਜਾਂਦੀ ਹੈ ਤੇ ਉਸ ਤੋਂ ਬਾਅਦ ਖੁਦ ਪੁਲਿਸ ਅਧਿਕਾਰੀਆਂ ਦੇ ਕੋਲ ਜਾ ਕੇ ਉੱਥੇ ਐਫ ਆਈ ਆਰ ਦਰਜ ਕਰਵਾਉਂਦਾ ਹੈ ਕਿ ਮੇਰਾ ਪੁੱਤ ਪੁੱਤ ਨੂੰ ਜਿਹੜਾ ਮੇਰੇ ਤੋਂ ਛਿੰ ਕੇ ਅਗਵਾ ਕਰ ਲਿਆ ਗਿਆ ਜਦੋਂ ਅਗਵਾ ਕੀਤਾ ਗਿਆ ਸੀ ਉਦੋਂ ਤਿੰਨ ਲੋਕ ਆਂਦੇ ਨੇ ਤੇ ਗੱਡੀ ਦੇ ਵਿੱਚ ਬਿਠਾ ਕੇ ਇਸ ਤਿੰਨ ਸਾਲਾ ਮਾਸੂਮ ਬੱਚੇ ਗੁਰਸੇਵਕ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਵੀ ਮੁਸ਼ਤੈਦੀ ਵਰਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਜਿਹੜਾ ਬੱਚੇ ਦੀ ਤਸਵੀਰ ਸਾਂਝੀ ਕੀਤੀ ਜਾਂਦੀ ਹੈ ਕਿ ਜੇਕਰ ਕਿਤੇ ਵੀ ਬੱਚੇ ਬੱਚਾ ਤੁਹਾਨੂੰ ਇਹ ਵਿਗਦਾ ਤੇ ਨਾਲ ਦੀ ਨਾਲ ਇਤਲਾਹ ਕੀਤੀ ਜਾਵੇ ਪਰ ਹੈਰਾਨੀ ਜਨਾ ਖੁਲਾਸਾ ਉਸ ਦੌਰਾਨ ਹੁੰਦਾ ਜਦੋਂ ਪੁਲਿਸ ਨੂੰ ਇਸ ਪੂਰੇ ਮਾਮਲੇ ਦੇ ਉੱਤੇ ਜਦੋਂ ਕਾਰਵਾਈ ਕਰ ਰਹੇ ਹੁੰਦੇ ਨੇ ਉਸ ਦੌਰਾਨ ਪਤਾ ਚੱਲਦਾ ਹੈ ਕਿ ਪਿਤਾ ਦੇ ਵੱਲੋਂ ਹੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਪਹਿਲਾ ਅਗਵਾ ਕਰਵਾਇਆ ਜਾਂਦਾ ਹੈ ਬੱਚੇ ਨੂੰ ਤੇ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਹੈ ਪਿਓ ਦੇ ਵੱਲੋਂ ਪਰ ਆਖਿਰਕਾਰ ਇਹ ਨੌਬਤ ਕਿਉਂ ਆਈ ਕਿਉਂ ਇਸ ਮਾਸੂਮ ਬੱਚੇ ਗੁਰਸੇਵਕ ਦੇ ਜੋ ਪਿਤਾ ਨੇ ਉਸ ਦੇ ਵੱਲੋਂ ਕਿਉਂ ਇਸ ਬੱਚੇ ਨੂੰ ਅਗਵਾ ਕਰਾਇਆ ਜਾਂਦਾ ਹੈ ਕਿਉਂ ਇਹ ਪੂਰੀ ਪਲਾਨਿੰਗ ਬਣਾਈ ਜਾਂਦੀ ਹੈ ਤੇ ਇਸ ਬੱਚੇ ਦਾ ਕੀ ਕਸੂਰ ਸੀ ਕਿਉਂ ਕਤਲ ਕੀਤਾ ਜਾਂਦਾ ਹੈ तमाम ਇਹ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਹੋਣਗੇ ਪਰ ਇਹ ਬੇहद ਸ਼ਰਮਸਾਰ ਤੇ ਕਹਿ ਸਕਦੇ ਆ ਕਿ ਰੁਕਮਾਨ ਦੇ ਦੇਣ ਵਾਲੀ ਜਿਹੜੀ ਆ ਖਬਰ ਹੈ ਕਿਉਂਕਿ ਤਰਨਤਾਰਨ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਹੀ ਪਹਿਲਾ ਬੱਚੇ ਨੂੰ ਪਲੈਨਿੰਗ ਦੇ ਨਾਲ ਅਗਵਾ ਕਰਵਾਇਆ ਜਾਂਦਾ ਹੈ ਸਵੇਰੇ ਇਹ ਬੱਚਾ ਆਪਣੇ ਪਿਓ ਦੇ ਨਾਲ ਘਰ ਤੋਂ ਰਵਾਨਾ ਹੁੰਦਾ ਹੈ ਤੇ ਉਸੇ ਦੌਰਾਨ ਸੜਕ ਦੇ ਉੱਤੇ ਹੀ ਇਸ ਬੱਚੇ ਨੂੰ ਕੁਝ ਤਿੰਨ ਨੌਜਵਾਨ ਕਿਡਨੈਪ ਕਰਦੇ ਨੇ ਜੋ ਕਿ ਨਕਾਬ ਪੂਛ ਦਸਤੇ ਜਾ ਰਹੇ ਨੇ ਸੀਸੀਟੀਵੀ ਵੀ ਉਸ ਵੇਲੇ ਜਿਹੜੀ ਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਤੱਕ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਸੀਸੀਟੀਵੀ ਦੇ ਆਧਾਰ ਤੇ ਕੀਤੀ ਜਾ ਰਹੀ ਸੀ ਤੇ ਜਦੋਂ ਉਹ ਪੁਲਿਸ ਨੂੰ ਸੁਰਾਗ ਮਿਲਦਾ ਹੈ ਬੱਚੇ ਦੇ ਮ੍ਰਿਤਕ ਦੇ ਪੁਲਿਸ ਦੇ ਹੱਥ ਲੱਗਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਕਿੰਝ ਇਸ ਮਾਸੂਮ ਦੇ ਪਿਓ ਦੇ ਵੱਲੋਂ ਹੀ ਇਸ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਤਾਂ ਤਿੰਨ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਂਦਾ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਪਲਾਨਿੰਗ ਦੇ ਵਿੱਚ ਅੰਗਰੇਜ਼ ਸਿੰਘ ਜੋ ਕਿ ਇਸ ਦਾ ਪਿਤਾ ਦੱਸਿਆ ਜਾ ਰਿਹਾ ਉਸ ਦੇ ਖਿਲਾਫ ਕਾਰਵਾਈ ਵੀ ਹੋਈ ਹੈ ਤੇ ਸ਼ਾਮੀ ਜਿਹੜਾ ਬੀਤੇ ਦਿਨ ਇਸ ਨੂੰ 7:30 ਵਜੇ ਤਕਰੀਬਨ ਕਿਡਨਾਮ ਕੀਤਾ ਗਿਆ ਸੀ 24 ਘੰਟੇ ਵੀ ਨਹੀਂ ਬੀਤੇ ਹਨ ਤੇ ਇਸ ਬੱਚੇ ਦਾ ਕਤਲ ਹੋ ਗਿਆ ਆਖਿਰਕਾਰ ਕਿਉਂ ਕਤਲ ਹੋਇਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਇਸ ਦੇ ਪਿਓ ਦੇ ਵੱਲੋਂ ਪੁੱਛਗਿੱਛ جاری ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੌਕੇ ਦੇ ਉੱਤੇ ਤੇ ਹੁਣ ਘਰਦਿਆਂ ਤੱਕ ਜਿਹੜੀ ਹੈ ਖਬਰ ਪਹੁੰਚਦੀ ਕੀਤੀ ਗਈ ਹੈ ਇਸ ਬੱਚੇ ਦੀ ਮਾਂ ਤੱਕ ਇਹ ਖਬਰ ਪਹੁੰਚਦੀ ਕੀਤੀ ਗਈ ਹੈ ਕਿ ਇਸ ਬੱਚੇ ਦੇ ਪਿਤਾ ਦੇ ਵੱਲੋਂ ਹੀ ਗੁਰਸੇਵਕ ਇਹ ਬੱਚਾ ਤੁਸੀਂ ਵੇਖ ਰਹੇ ਹੋ ਇਸ ਨੂੰ ਇਸ ਦੇ ਪਿਤਾ ਅੰਗਰੇਜ਼ ਸਿੰਘ ਦੇ ਵੱਲੋਂ ਹੀ ਕਿਡਨੈਪ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ